ਜਦ ਕਦੇ ਜਿੱਥੇ ਕਿਤੇ ਮੈਨੂੰ ਕਿਸੇ ਆਪਣਾ ਕਿਹਾ ਜਦ ਕਦੇ ਜਿੱਥੇ ਕਿਤੇ ਮੈਨੂੰ ਕਿਸੇ ਆਪਣਾ ਕਿਹਾ ਮੁਸਕਰਾ ਕੇ ਦੋਸਤੋ ਇੱਕ ਹੋਰ ਧੋਖਾ ਖਾ ਮੁਸਕਰਾ ਕੇ ਦੋਸਤੋ ਇੱਕ ਹੋਰ ਧੋਖਾ ਖਾ ਗਿਆ ਕਿਆ ਬਾਤ ਹੈ ਕਿਆ ਬਾਤ ਦੋਸਤੋ ਤੁਸੀਂ ਵੇਖ ਰਹੇ ਮੇਰੇ ਨਾਲ ਜੋ ਨਿਰਮਲ ਜੀ ਨੇ ਸ਼ਾਇਰ ਨੇ ਨਾਵਲਕਾਰ ਨੇ ਪਰ ਉਹ ਜ਼ਿਆਦਾ ਕਹਿੰਦੇ ਕਿ ਮੈਨੂੰ ਆਪਣਾ ਇੱਕ ਸ਼ਾਇਰ ਦੇ ਤੌਰ 'ਤੇ ਮੈਂ ਜਾਣਿਆ ਜਾਵਾਂ ਤਾਂ ਮੈਨੂੰ ਜ਼ਿਆਦਾ ਚੰਗਾ ਲੱਗਦਾ ਆ ਗੱਲਬਾਤ ਥੋੜ੍ਹੀ ਜਿਹੀ ਕਰਦੇ ਨਾ ਦੋ ਮਿੰਟ ਤੁਹਾਡੇ ਨਾਲ ਪਿਆਰ ਸਾਂਝਾ ਕਰਦੇ ਹਾਂ ਅਤੇ ਫਿਰ ਸ਼ਾਇਰੀ ਤੋਂ ਤੁਸੀਂ ਤੁਹਾਡਾ ਕਿੱਦੋਂ ਸ਼ੁਰੂ ਹੋਈ ਇਹ 1955 ਦੇ ਕਰੀਬ 1955 ਤੁਹਾਡੀ ਹੁਣ ਕਿੰਨੀ ਉਮਰ ਹੋਊਗੀ ਅੰਦਾਜ਼ਾ ਅੰਦਾਜ਼ਨ 83-84 ਸਾਲ ਹੈ 83-84 ਸਾਲ ਹੋ ਗਈ ਹੈ ਦੋਸਤੋ ਇਹਨਾਂ ਦੀ ਉਮਰ ਅਤੇ ਸ਼ਾਇਰ ਨੇ ਵੇਖੋ ਸ਼ਾਇਰ ਦੇਖਿਆ ਸ਼ਾਇਰ ਦੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ ਉਹ ਕਵਿਤਾਵਾਂ ਦੇ ਵਿੱਚੋਂ ਲੱਭਦੀ ਹੈ ਇਸ ਵੇਲੇ ਮੈਂ ਸੋਚਦਾ ਕਵਿਤਾਵਾਂ ਦੇ ਵਿੱਚ ਲੱਭਦੀ ਹੈ ਕੋਈ ਵਧੀਆ ਹੋਰ ਇਸ ਤਰ੍ਹਾਂ ਦੀ ਕੋਈ ਚੀਜ਼ ਗੁਣ ਬਣਾਓ ਜ਼ਰੂਰ ਹਾਂਜੀ ਟੁਰ ਗਈ ਹੈ ਹਾਂ ਹਾਂ ਚਾਣ ਚੱਕ ਟੁਰ ਗਈ ਹੈ ਚਾਣ ਚੱਕ ਕੰਨੀ ਛੁੜਾ ਕੰਨੀ ਛੁੜਾ ਉਮਰ ਦਾ ਇਹ ਰੋਣ ਸਾਡੀ ਚੋਲ ਉਮਰ ਦਾ ਇਹ ਰੋਣ ਸਾਡੀ ਝੋਲ ਪਾ ਦੂਜਾ ਸ਼ੇਰ ਦੇਖਣਾ ਇਸੇ ਗਜ਼ਲ ਦਾ ਕਿ ਇਸ਼ਕ ਨੇ ਕੀ ਖੱਟਿਆ ਇਸ਼ਕ ਨੇ ਕੀ ਖੱਟਿਆ ਪੀੜਾ ਪੀੜਾ ਜਲਨ ਜਲਨ ਇਸ਼ਕ ਨੇ ਕੀ ਖੱਟਿਆ ਸਵਾਲੀਆ ਨਿਸ਼ਾਨ ਅੱਛਾ ਜਵਾਬ ਹੈ ਇਸ਼ਕ ਨੇ ਕੀ ਖੱਟਿਆ ਜਵਾਬ ਹੈ ਕਿ ਪੀੜਾ ਜਲਨ ਹਾਏ ਤੇਰਾ ਰੂਪ ਫਿਰ ਵੀ ਬੇਵਫਾ ਹਾਏ ਤੇਰਾ ਰੂਪ ਫਿਰ ਵੀ ਬੇਵਫਾ ਇਸੇ ਗਜ਼ਲ ਦਾ ਆਖਰੀ ਸ਼ੇਰ ਹੈ ਕਿ ਮਾਣ ਹੈ ਕੁਝ ਇਸ਼ਕ ਦੀ ਤਾਸੀਰ ਤੇ ਆਹਾ ਮਾਣ ਹੈ ਕੁਝ ਇਸ਼ਕ ਦੀ ਤਾਸੀਰ ਤੇ ਕੌਣ ਤੇਰਾ ਭੈੜੀਏ ਕਰਦਾ ਵਸਾ ਕੌਣ ਤੇਰਾ ਭੈੜੀਏ ਕਰਦਾ ਵਸਾ ਕੌਣ ਤੇਰਾ ਕਰਦਾ ਵਸਾ ਹਾਂਜੀ 1960 ਦੇ ਇਹ ਛੋਟੇ ਛੋਟੇ ਬਲਬਲਿਆਂ ਦੇ ਵਿੱਚ ਇਹ ਲਿਖੀ ਹੋਈ ਕਵਿਤਾ ਇਹ ਕਿੰਨਾ ਦਿਲ ਨੂੰ ਟੁੰਬਦੀ ਔਰ ਸਾਨੂੰ ਕਿੰਨਾ ਉਹ ਜ਼ਿੰਦਗੀ ਦੇ ਨਜ਼ਦੀਕ ਖੜਦੀ ਹੈ ਅਤੇ ਕੁਛ ਤੁਸੀਂ ਜਿਹੜਾ ਕਵੀ ਲੋਕਾਂ ਨੂੰ ਵੀ ਸੰਦੇਸ਼ ਦੇਣਾ ਚਾਹੋ ਕਿਸ ਤਰ੍ਹਾਂ ਮਤਲਬ ਇਹ ਜਿਹੜਾ ਉਪਰਾਲਾ ਇਸ ਤਰ੍ਹਾਂ ਖਾਲਸਾ ਕਾਲ ਤੁਸੀਂ ਵੇਖਿਆ ਜੇ ਇਹ ਉਪਰਾਲਾ ਕਿਹੋ ਜਿਹਾ ਲੱਗਾ ਤੁਹਾਨੂੰ ਬਹੁਤ ਚੰਗਾ ਲੱਗਾ ਇੱਥੇ ਅਕਸਰ ਇਹੋ ਜਿਹਾ ਹੁੰਦਾ ਰਹਿਣਾ ਚਾਹੀਦਾ ਜੀ ਕਿਉਂਕਿ ਇਹ ਐਸਾ ਥਾਂ ਹੈ ਜੀ ਜਿਹਨੇ ਆਲੇ ਦੁਆਲੇ ਲਾਹੌਰ ਤੱਕ ਜੀ ਵਿਦਿਆਰਥੀਆਂ ਉੱਤੇ ਅਸਰ ਪਾਇਆ ਕਿਆ ਬਾਤ ਹੈ ਕਿਆ ਬਾਤ ਹੈ ਔਰ ਤੁਸੀਂ ਹੈਰਾਨ ਹੋਵੋਗੇ ਕਿ ਇਸ ਕਾਲਜ ਦੇ ਵਿੱਚ ਜੀ ਪ੍ਰਿੰਸੀਪਲ ਤੇਜਾ ਸਿੰਘ ਤੋਂ ਲੈ ਕੇ ਸੰਤ ਸਿੰਘ ਸੇਖੋਂ ਫੈਜ਼ ਅਹਿਮਦ ਫੈਜ਼ ਵਰਗੇ ਬੰਦੇ ਪੜ੍ਹਾਉਂਦੇ ਰਹੇ ਇੱਥੇ ਇੱਥੇ ਇਸ ਕਾਲਜ ਦੇ ਵਿੱਚ ਫੈਜ਼ ਅਹਿਮਦ ਫੈਜ਼ ਇੱਥੇ ਪੜ੍ਹਾਉਂਦੇ ਰਹੇ ਹਾਂਜੀ ਉਹਨਾਂ ਨੇ ਮੋਹਨ ਸਿੰਘ ਹਾਂਜੀ ਕਿਆ ਸਿੰਘ ਇਸ ਕਾਲਜ ਦੇ ਵਿੱਚ ਪੜ੍ਹਾਇਆ ਪੜ੍ਹਾਉਂਦੇ ਆ ਹਾਂਜੀ ਬਿਲਕੁਲ ਹੈ ਔਰ ਕਾਲਜ ਤੁਹਾਨੂੰ ਕਿਸ ਤਰ੍ਹਾਂ ਖਾਲਸਾ ਕਾਲਜ ਕਿਹੋ ਜਿਹਾ ਲੱਗਦਾ ਕਿਉਂਕਿ ਮੈਂ ਖੁਦ ਵਿਦਿਆਰਥੀ ਸਾਂ ਮੈਂ 20 ਵਿਦਿਆਰਥੀ ਹਾਂ ਜਦੋਂ ਪ੍ਰਿੰਸੀਪਲ ਗੁਰਬਖਸ਼ ਸ਼ੇਰਗਿੱਲ ਮੈਂ ਉਹਨਾਂ ਦੇ ਮੈਂ ਮਤਲਬ ਸਟੂਡੈਂਟ ਨਹੀਂ ਮੈਂ 1952-53 ਤੁਸੀਂ ਤਾਂ ਮਤਲਬ ਬਾੜੇ ਕਿਤੇ ਬਹੁਤ ਤੋਂ ਪਹਿਲਾਂ ਦੀਆਂ ਗੱਲਾਂ ਆ ਨਾ ਹਾਂਜੀ ਅਤੇ ਤੁਸੀਂ ਤਾਂ ਅਤੇ ਕਿਸ ਤਰ੍ਹਾਂ ਲੱਗਦਾ ਖਾਲਸਾ ਕਾਲਜ ਆ ਕੇ ਅੱਜ ਬਹੁਤ ਚੰਗਾ ਲੱਗਦਾ ਕਿਉਂਕਿ ਇਹ 3 ਪਿੰਡਾਂ ਦੀ ਜ਼ਮੀਨ ਸੀ ਜਿੱਥੇ ਉਸਰੇ ਇਹ ਕੋਟ ਖਾਲਸਾ ਦੇ ਪਿੰਡਾਂ ਦੀ ਮਿਲਣਾ ਹੈ ਬਿਲਕੁਲ ਬਿਲਕੁਲ ਔਰ ਇਹ ਏਡੀ ਵੱਡੀ ਇਮਾਰਤ ਹੋਣੀ ਕਿਸੇ ਸ਼ਹਿਰ 'ਚ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਕਰਾਮਾਤ ਮੈਨੂੰ ਤਾਂ ਇਹ ਸ਼ਹਿਰ ਸਾਹਿਬ ਵੇਖੋ ਇਹ ਖਾਲਸਾ ਕਾਲਜ ਦੀ ਬਿਲਡਿੰਗ ਥੋੜ੍ਹਾ ਮੈਂ ਝਾਤੀ ਮਰਵਾ ਲਾਂ ਵੀਰਾਂ ਨੂੰ ਆਹ ਜਿਹੜੀ ਵੇਖੋ ਜੀ ਖਾਲਸਾ ਕਾਲਜ ਦੀ ਬਿਲਡਿੰਗ ਹੈ ਅਤੇ ਸ਼ਹਿਰ ਸਾਹਿਬ ਮੈਨੂੰ ਇਹ ਜਿਹੜੀ ਬਿਲਡਿੰਗ ਆ ਮੈਨੂੰ ਤਾਂ ਇੱਕ ਇਹ ਜੇ ਵੇਖੀਏ ਸ਼ਹਿਰ ਦੇ ਨਜ਼ਦੀਕ ਗਜ਼ਲ ਵਾਂਗ ਲੱਗਦੀ ਹੈ ਬਿਲਕੁਲ ਜੀ ਹੈ ਗਜ਼ਲ ਵਾਂਗ ਲੱਗਦੀ ਹੈ ਹੀ ਗਜ਼ਲ ਕਿਆ ਬਾਤ ਹੈ ਕਿਆ ਬਾਤ ਹੈ ਅਤੇ ਕੋਈ ਹੋਰ ਕੋਈ ਕੁਝ ਇੱਕ ਸ਼ਾਇਰੀ ਹੋਰ ਕਰੋ ਇਹਦੇ ਨਾਲ ਆਪਾਂ ਦਿਲ ਮਕਾਈਏ ਜਿਸ ਤਰ੍ਹਾਂ ਅੱਜ ਹਿੰਦੁਸਤਾਨ ਦੀ ਹਾਲਤ ਹਾਂ ਹਾਂ ਭਗਵੇ ਕੱਪੜਿਆਂ ਨੇ ਕਰ ਦਿੱਤੀ ਹੈ ਉਹਦੇ ਉੱਤੇ ਮੈਂ ਤੁਹਾਨੂੰ 4 ਸਤਰਾਂ 'ਚ ਗੱਲ ਮੁਕਾਵਾਂਗਾ ਲੰਬੀ ਗੱਲ ਨਹੀਂ ਕਰਾਂਗਾ ਜੀ ਕਿਉਂਕਿ ਅਸੀਂ ਆਜ਼ਾਦੀ ਲਈ ਸੀ ਅੰਗਰੇਜ਼ਾਂ ਤੋਂ ਜੀ ਅੰਗਰੇਜ਼ਾਂ ਜੋ ਜ਼ੁਲਮ ਕੀਤੇ ਉਹਦੇ ਕਾਰਨ ਅਸੀਂ ਆਜ਼ਾਦੀ ਮਿਲੀ ਜੀ ਅਤੇ ਅੰਗਰੇਜ਼ ਚਲੇ ਗਏ
ਪਰ ਜਿਹੜੇ ਦੂਜੇ ਕਾਲੇ ਅੰਗਰੇਜ਼ ਆਏ ਜੀ, ਉਹਨਾਂ ਭਗਵੇ ਕੱਪੜੇ ਪਾ ਕੇ ਉਹ ਹਿੰਦੁਸਤਾਨ ਦੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਜਿਹੜੀ ਸਾਡੀ ਸਾਂਝੀ ਤਹਿਜ਼ੀਬ, ਉਹਦੇ ਉੱਤੇ ਚਾਰ ਸਤਰਾਂ ਉਹਦੇ ਉੱਪਰ ਚਾਰ ਸਤਰਾਂ ਹਾਂਜੀ ਜੀ, ਕਿ ਮੌਸਮ ਮੌਸਮ ਕੁਝ ਕੁਝ ਬਦਲ ਗਿਆ ਹੈ, ਕੁਝ ਕੁਝ ਬਦਲ ਗਿਆ ਹੈ, ਪਰ ਪਾਲੇ ਦਾ ਜ਼ੋਰ ਅਜੇ ਵੀ ਸਿੱਖ ਰਿਹਾ ਹੈ। ਅੱਜ ਪਾਲੇ ਦਾ ਜ਼ੋਰ ਅਜੇ ਵੀ ਸਿੱਖ ਰਿਹਾ ਹੈ, ਮਜੇ ਉਸੇ ਤੋਂ। ਕੀ ਬਾਤ ਹੈ, ਕੀ ਬਾਤ ਹੈ, ਮੌਸਮ ਕੁਝ ਕੁਝ ਬਦਲ ਗਿਆ ਹੈ, ਮੌਸਮ ਕੁਝ ਕੁਝ ਬਦਲ ਗਿਆ ਹੈ, ਪਰ ਪਾਲੇ ਦਾ ਜ਼ੋਰ, ਪਾਲੇ ਦਾ ਜ਼ੋਰ ਅਜੇ ਵੀ ਸਿਖਰਾਂ ਤੇ ਹੈ, ਅਜੇ ਵੀ ਸਿਖਰਾਂ ਤੇ ਹੈ। ਹਰ ਕਕਰੀਲੀ ਰਾਤੇ ਸਤਰਾਂ ਸੁਣਨ ਵਾਲੀਆਂ, ਹਰ ਕਕਰੀਲੀ ਰਾਤੇ ਜੀ, ਪਸ਼ੂਆਂ ਜਿਹੀ ਬੇਚੈਨੀ ਹੈ, ਪਸ਼ੂਆਂ ਜਿਹੀ ਬੇਚੈਨੀ ਹੈ, ਪਲ ਪਲ ਆਪਣੇ ਜ਼ਿਹਨ 'ਚ ਆਪਣੇ ਖੁਰ ਵੱਜਦੇ, ਓ ਪਲ ਪਲ ਆਪਣੇ ਜ਼ਿਹਨ 'ਚ ਆਪਣੇ ਖੁਰ ਵੱਜਦੇ, ਖੁਰ ਵੱਜਦੇ ਨੇ। ਇਹ ਮੋਦੀ ਸਾਹਿਬ ਦੀ ਮਿਹਰਬਾਨੀ, ਕਿਆ ਔਰ ਆਖਰੀ ਦੋ ਸਤਰਾਂ ਨੇ ਜੀ, ਕਿ ਕਿਹੜੀ ਰਚਨਾ ਜੀ, ਇਸ ਡਰਾਉਣੀ ਰਾਤ ਦੀ ਗਾਥਾ ਜੀ ਆਪਣੇ ਅੰਦਰ ਢਾਲ ਸਕੇਗੀ, ਆਪਣੇ ਅੰਦਰ ਢਾਲ ਸਕੇਗੀ, ਕਿਹੜੀ ਰਚਨਾ, ਕਿਹੜੀ ਰਚਨਾ ਆਪਣੇ ਅੰਦਰ ਢਾਲ ਸਕੇਗੀ, ਰਾਤ ਕਿ ਜਿਹੜੀ ਕੋਟ ਦੇ ਵਾਕੁਣ ਫੈਲ ਰਹੀ, ਓ ਰਾਤ ਜਿਹੜੀ ਕੋਟ ਦੇ ਵਾਕੁਣ ਫੈਲ ਰਹੀ ਹੈ। ਅਸੀਂ ਸਿਆਸਤਦਾਨਾਂ ਦੀ ਜ਼ਿੰਦਗੀ ਦੇ ਮਾਰੇ ਹੋਏ ਮਾਰੇ ਜਾ ਰਹੇ, ਮਾਰੇ ਜਾ ਰਹੇ, ਬਸ ਇਹ। ਧੰਨਵਾਦ ਹੈ ਜੀ, ਧੰਨਵਾਦ ਹੈ, ਧੰਨਵਾਦ ਹੈ।